ਹਾਂ ਜੀ ਮੇਰੇ ਦੋਸਤੋ, ਕੀ ਹਾਲ ਚਾਲ ਨੇ? ਇੰਜੋਏ ਕਰ ਰਹੇ ਹੋ ਵੀਡੀਓ ਨੂੰ? ਫਿਰ ਤੇ ਰਾਤ ਵਾਲੇ ਵੇਖ ਲਓ, ਅਜੇ ਤੱਕ ਨਹੀਂ ਉੱਠਣ ਡੇ ਸ਼ਾਹ ਜੀ। ਹਾਂਜੀ ਰਾਜੇ, ਉੱਠੋ ਜੀ, ਉੱਠਣ ਲੱਗੇ। ਇਹ ਵੇਖਣ ਦਾ ਹਾਲ, ਮੇਰੇ ਹਿਸਾਬ ਟਾਈਮ ਹੋ ਗਿਆ 8, ਤੁਹਾਨੂੰ ਵਿਊ ਦਿਖਾਉਣਾ ਬਾਹਰ ਦਾ। ਹੁਣ ਸਾਡੀ ਕਸੌਲ ਦੀ ਤਿਆਰੀ ਆ, ਅਤੇ ਬਟ ਉਹ ਤੋਂ ਪਹਿਲਾਂ ਅਸੀਂ ਹੁਣ ਇੱਥੇ ਹੋਟਲ 'ਚੋਂ ਬ੍ਰੇਕਫਾਸਟ ਨਹੀਂ ਲਿਆ, ਸਿੰਪਲ ਹੋਟਲ ਸੀਗਾ, ਇਹ 'ਚ ਵਾਈਫਾਈ ਵੀ ਨਹੀਂ ਸੀਗਾ, ਅਤੇ ਬਟ ਇਹ ਰਹਿਣ ਵਾਸਤੇ ਵਧੀਆ ਲੱਗਿਆ ਮੈਨੂੰ, ਅਤੇ ਤੁਸੀਂ ਵੀ ਟਰਾਈ ਕਰ ਸਕਦੇ। ਐਡਰੈਸ ਮੈਂ ਤੁਹਾਨੂੰ ਪਾਉਣ ਲੱਗਿਆ, ਅਤੇ ਆ ਇਹਦਾ ਐਡਰੈਸ ਆ, ਅਤੇ ਤੁਸੀਂ ਦੇਖ ਸਕਦੇ ਹੋ, ਕੰਟੈਕਟ ਕਰ ਸਕਦੇ ਉਹਨਾਂ ਨਾਲ। ਅਤੇ ਹੁਣ ਅਸੀਂ ਇੱਥੋਂ ਚੱਲਾਂਗੇ, ਪਹਿਲਾਂ ਤਾਂ ਬ੍ਰੇਕਫਾਸਟ ਕਰਾਂਗੇ, ਫਿਰ ਅਸੀਂ ਰਿਵਰ ਰਾਫਟਿੰਗ ਸੋਚਿਆ, ਰਿਵਰ ਰਾਫਟਿੰਗ ਕਰਾਂਗੇ ਇੱਥੇ, ਫਿਰ ਅਸੀਂ ਚੱਲਾਂਗੇ ਕਸੌਲ, ਅਤੇ ਫਿਰ ਮਨੀਕਰਨ ਸਾਹਿਬ, ਅਤੇ ਫਿਰ ਅਸੀਂ ਖੀਰ ਗੰਗਾ ਚਲੇ ਜਾਵਾਂਗੇ, ਅਤੇ ਪਰਸੋਂ ਨੂੰ ਸਾਡੀ ਵਾਪਸੀ, ਕੱਲ੍ਹ ਨੂੰ ਸਾਡੀ ਵਾਪਸੀ ਆ, ਅਤੇ ਕੋਈ ਹੋਰ ਜੋ ਵੀ ਹੋਇਆ ਰਾਜ ਤੁਹਾਨੂੰ ਮੈਂ ਨਾਲ ਇਨਫੋਰਮੇਸ਼ਨ ਦਿੰਦਾ ਰਹੂੰਗਾ, ਅਤੇ ਆ ਜਾਓ ਆਪਾਂ ਚੱਲਦੇ ਹਾਂ। ਵੈਸੇ ਤਾਂ ਬਹੁਤ ਹੋਟਲਸ ਨੇ ਮਨਾਲੀ ਦੇ ਵਿੱਚ, ਮਤਲਬ ਮਹਿੰਗੇ ਵੀ ਨੇ, ਸਸਤੇ ਵੀ ਨੇ, ਅਤੇ ਸ਼ੁਰੂ ਹੋ ਜਾਂਦਾ ਵੀ ਰੂਮ ਜਿਹੜਾ ਆ, ਇੱਕ ਰੂਮ ਜਿਹੜਾ ਸ਼ੁਰੂ ਹੋ ਜਾਂਦਾ ਕੋਈ 800-100 ਰੁਪਏ ਤੋਂ, ਪਰ ਇਹ ਸੀਜ਼ਨ ਦੇ ਵਿੱਚ ਮਹਿੰਗੇ ਹੁੰਦੇ ਨੇ, ਅਤੇ ਆਫ ਸੀਜ਼ਨ ਸਸਤੇ ਹੁੰਦੇ ਆ, ਆਫ ਸੀਜ਼ਨ ਮਤਲਬ ਸਿਆਲ 'ਚ, ਵਿੰਟਰਸ 'ਚ, ਅਤੇ ਸਮਰਸ 'ਚ ਮਹਿੰਗੇ ਹੋ ਜਾਂਦੇ ਆ, ਅਤੇ ਬਟ ਫਿਰ ਵੀ ਤੁਸੀਂ ਆਪਣੇ ਹਿਸਾਬ ਨਾਲ, ਮੇਕ ਮਾਈ ਟ੍ਰਿਪ ਹੋ ਗਿਆ, ਓਯੋ ਹੋ ਗਿਆ, booking.com ਹੋ ਗਿਆ, ਇੱਦਾਂ ਕਈ ਆ ਵੈਬਸਾਈਟ, ਇਸ ਤੋਂ ਬੁੱਕ ਕਰ ਸਕਦੇ ਹੋ, ਅਤੇ ਤੁਹਾਨੂੰ ਸਸਤੇ ਮਿਲ ਜਾਂਦੇ ਆ, ਅਤੇ ਔਨਲਾਈਨ ਤੁਸੀਂ ਜ਼ਿਆਦਾ ਟਰਾਈ ਕਰਕੇ ਲੈ ਸਕਦੇ ਹੋ, ਅਤੇ ਮੈਂ ਤੁਹਾਨੂੰ ਪ੍ਰੈਫਰ ਕਰੂੰਗਾ ਕਿ ਸ਼ਹਿਰ ਨਾਲੋਂ ਥੋੜ੍ਹਾ ਬਾਹਰ ਲੈ ਲਓ, ਜੇ ਤੁਸੀਂ ਆਪਣੇ ਵਹੀਕਲ ਦੇ ਉੱਤੇ ਹੋ, ਅਤੇ ਤੁਸੀਂ ਬਾਏ ਬੱਸ ਆਏ ਹੋ ਜਾਂ ਕਿਸੇ ਹੋਰ ਤਰੀਕੇ ਨਾਲ ਆਏ ਹੋ, ਫਿਰ ਤੁਸੀਂ ਸ਼ਹਿਰ 'ਚ ਲੈ ਸਕਦੇ ਹੋ, ਅਤੇ ਬਾਕੀ ਜਿੱਥੇ ਤੁਹਾਨੂੰ ਚੰਗਾ ਲੱਗਦਾ ਲੋਕੇਸ਼ਨ ਦੇਖ ਕੇ ਤੁਸੀਂ ਲੈ ਸਕਦੇ ਹੋ, ਕੋਈ ਇਸ਼ੂ ਨਹੀਂ ਹੈਗਾ। ਸਵੇਰੇ ਸਵੇਰੇ ਵਾਪਸ ਜਾਣਾ ਵੀ ਕਿੰਨਾ ਔਖਾ ਹੋਇਆ, ਤੁਸੀਂ ਦੇਖੋ ਕਿੰਨਾ ਜਾਮ ਆ, ਤੁਹਾਨੂੰ ਦਿਖਾਉਣਾ, ਦੇਖੋ ਮਤਲਬ ਆਉਣ ਦਾ ਤਾਂ ਹੈਗਾ ਸ਼ਾਮ ਨੂੰ ਲੋਕ ਜ਼ਿਆਦਾ ਪਹੁੰਚ ਜਾਏ, ਉਦੋਂ ਜਾਮ ਵੀ ਹੁੰਦਾ, ਹੁਣ ਜਾਣ ਲੱਗਿਆ ਸਾਰੇ ਵਾਪਸ ਜਾਂਦੇ ਆ, ਸਵੇਰੇ ਸਵੇਰੇ ਬਹੁਤ ਜ਼ਿਆਦਾ ਜਾਮ ਹੈ ਆਪਣੇ ਵੀ, ਅਤੇ ਮਨਾਲੀ ਆਉਣਾ ਇਹਦੇ ਹਿਸਾਬ ਨਾਲ ਵਧੀਆ ਗੱਲ ਨਹੀਂ ਹੈਗੀ, ਵੀ ਟ੍ਰੈਫਿਕ 'ਚ ਹੀ ਫਸੇ ਰਹੋਗੇ। ਇੱਦਾਂ ਆ ਕਿ ਜਿਹੜੀ ਰਿਵਰ ਰਾਫਟਿੰਗ ਆ, ਇੱਕ ਜਣੇ ਦਾ 200 ਰੁਪਏ ਆ 7 ਕਿਲੋਮੀਟਰ ਵਾਲੀ ਦਾ, ਅਤੇ ਇੱਕ 10 ਕਿਲੋਮੀਟਰ ਵਾਲੀ ਕਹਿ ਰਹੇ ਆ ਉਹਦਾ 350, ਪਰ ਫਿਰ ਵੀ ਆਪਾਂ ਘਟਾਵਾਂਗੇ ਵੀ ਕਿੰਨੇ ਦੇ ਘੱਟ ਤੋਂ ਘੱਟ ਕਰਾਉਂਦੇ ਨੇ, ਅਤੇ ਵੈਸੇ ਰਿਸ਼ੀਕੇਸ਼ ਦੀ ਜ਼ਿਆਦਾ ਬੈਸਟ ਹੁੰਦੀ ਆ, ਅਤੇ ਬਟ ਇਹ ਵਾਲੀ ਮੈਂ ਕਦੀ ਟਰਾਈ ਨਹੀਂ ਕੀਤੀ, ਅੱਜ ਇਹ ਵੀ ਟਰਾਈ ਕਰਦੇ ਹਾਂ, ਅਤੇ ਦੇਖਦੇ ਹਾਂ ਕੀ ਮਾਹੌਲ ਨਿਕਲਦਾ ਅਤੇ ਕੀ ਬਣਦਾ। ਰਾਫਟਿੰਗ ਸ਼ੁਰੂ ਹੋਣ ਲੱਗੀ, ਹੁਣ ਇੱਥੇ ਅਸੀਂ ਸ਼ਿਫਟ ਸ਼ੁਰੂ ਕਰਾਂਗੇ, ਪਾਣੀ ਵੇਖ ਲਓ ਕਿੰਨਾ ਤੇਜ਼ ਆ, ਪਤਾ ਨਹੀਂ ਕੀ ਬਣੂਗਾ। ਲਾਈਫ ਜੈਕਟ ਜਿਹੜੀ ਪਾਉਣੀ ਜ਼ਰੂਰੀ ਆ, ਕਿਉਂਕਿ ਇਹ ਡੁੱਬਣ ਨਹੀਂ ਦਿੰਦੀ ਅਤੇ ਫਲੋਟਿੰਗ ਕਰਦੀ ਰਹਿੰਦੀ ਆ ਉੱਤੇ, ਬਾਕੀ ਰੱਬ ਰਾਖਾ ਵੀ। ਬਹੁਤ ਜ਼ਿਆਦਾ ਫਨ ਆ, ਮਤਲਬ ਇਸ ਚੀਜ਼ ਦੇ ਵਿੱਚ ਜੇ ਤੁਸੀਂ ਮਨਾਲੀ ਆਏ ਤਾਂ ਜ਼ਰੂਰ ਟਰਾਈ ਕਰਿਓ, ਕਿਉਂਕਿ ਤੁਹਾਨੂੰ ਰਾਹ 'ਚ ਹੀ ਮਿਲੂਗੀ ਇਹ, ਅਤੇ ਬਹੁਤ ਜ਼ਿਆਦਾ ਫਨ ਕੀਤਾ ਸਾਰੇ ਜਣਿਆਂ ਨੇ, ਅਤੇ ਇਸ ਕਰਕੇ ਤੁਸੀਂ ਵੀ ਟਰਾਈ ਕਰਿਓ, ਜ਼ਿਆਦਾ ਮਹਿੰਗੀ ਵੀ ਨਹੀਂ ਹੈਗੀ, ਅਤੇ ਕੁਝ ਜ਼ਿਆਦਾ ਟਾਈਮ ਦੀ ਵੀ, ਅੱਧੇ ਘੰਟੇ ਦੀ ਆ, ਅਤੇ ਤੁਹਾਨੂੰ ਉੱਥੋਂ ਪਿੱਕ ਕਰਕੇ ਡਰੋਪ ਵੀ ਕਰਦੇ ਨੇ, ਤੁਹਾਨੂੰ ਪਿੱਕ ਕਰਦੇ ਨੇ ਇਹ। ਅਸੀਂ ਕੱਪੜੇ ਵੀ ਚੇਂਜ ਕੀਤੇ ਨੇ ਕਿਉਂਕਿ ਗਿੱਲੇ ਹੋ ਗਏ ਸੀਗੇ, ਤੁਹਾਨੂੰ ਐਕਸਟਰਾ ਕੱਪੜੇ ਵੀ ਨਾਲ ਰੱਖਣੇ ਚਾਹੀਦੇ ਆ, ਅਤੇ ਕੰਫਰਟੇਬਲ ਹੋ ਕੇ ਕਰਿਓ ਰਾਫਟਿੰਗ ਜਦੋਂ ਕਰੋਗੇ। ਅਤੇ ਹੁਣ ਅਸੀਂ ਜਾ ਰਹੇ ਹਾਂ ਕਸੌਲ ਨੂੰ, ਭੌਂਤਰ ਤੋਂ ਰਾਹ ਜਾਂਦਾ ਹੈ ਕਸੌਲ ਨੂੰ, ਅਤੇ ਮਤਲਬ ਤੁਸੀਂ ਜਦੋਂ ਮਨਾਲੀਓਂ ਵਾਪਸ ਆਉਂਦੇ ਹੋ ਤਾਂ
ਪੁਲ ਕ੍ਰੋਸ ਕਰਕੇ ਫਿਰ ਭੌਂਤਰ ਆਉਂਦਾ ਹੈ ਅਤੇ ਭੌਂਤਰ ਤੋਂ ਤੁਸੀਂ ਲੈਫਟ ਹੈਂਡ ਸਾਈਡ ਮੁੜ ਜਾਣਾ ਜੇ ਤੁਸੀਂ ਮਨਾਲੀ ਤੋਂ ਆਉਂਦੇ ਹੋ ਅਤੇ ਫਿਰ ਸਿੱਧਾ ਹੀ ਕਸੌਲ ਕੋਈ ਜ਼ਿਆਦਾ ਨਹੀਂ ਹੈਗਾ ਇੱਥੋਂ ਡੇਢ ਕੁ ਘੰਟੇ ਦਾ ਰਾਹ ਆ ਤੁਹਾਡੀ ਡਰਾਈਵਿੰਗ 'ਤੇ ਡਿਪੈਂਡ ਆ ਅਤੇ ਬਾਕੀ ਜੇ ਉੱਧਰੋਂ ਆਉਂਦੇ ਹੋ ਤੁਸੀਂ ਤਾਂ ਫਿਰ ਰਾਈਟ ਹੈਂਡ ਸਾਈਡ ਤੁਹਾਨੂੰ ਮੈਂ ਕੁੱਲੂ ਦਿਖਾਉਂਦਾ ਹੈ ਸਾਰਾ ਕੁੱਲੂ ਹੀ ਆ ਆਹ ਦੇਖੋ ਕਸੌਲ ਨੂੰ ਜਿਹੜਾ ਉਹ ਟੂ ਵੇ ਹੀ ਆਉਂਦਾ ਹੈ ਮਤਲਬ ਇੱਕ ਬੰਨੇ ਤੁਸੀਂ ਜਾ ਸਕਦੇ ਹੋ ਇੱਕ ਬੰਨੇ ਆ ਸਕਦੇ ਹੋ ਮਤਲਬ ਜ਼ਿਆਦਾ ਚੌੜਾ ਹਾਈਵੇ ਨਹੀਂ ਹੈਗਾ ਬਟ ਫਿਰ ਵੀ ਵਧੀਆ ਆ ਰਾਹ ਮਤਲਬ ਥੋੜ੍ਹਾ ਜਿਹਾ ਟੁੱਟਿਆ ਬਟ ਠੀਕ ਆ ਮਤਲਬ ਤੁਸੀਂ ਇੰਜੋਏ ਕਰਦੇ ਆ ਸਕਦੇ ਹੋ ਵਿਊ ਸੋਹਣੇ ਨੇ ਅਤੇ ਕਾਫੀ ਸੋਹਣੇ ਵਿਊਜ਼ ਨੇ ਅਤੇ ਥੋੜ੍ਹਾ ਠੰਡਾ ਵੀ ਹੈਗਾ ਕਸੌਲ ਅਤੇ ਇੱਥੇ ਤੁਹਾਨੂੰ ਟੈਂਟ ਮਿਲ ਜਾਣਗੇ ਰਿਵਰ ਸਾਈਡ ਦੇ ਉੱਤੇ ਅਤੇ ਕੁਛ ਇੱਦਾਂ ਦਾ ਹੋਰ ਮੈਂ ਤੁਹਾਨੂੰ ਅੱਗੇ ਜਾ ਕੇ ਦੱਸੂੰਗਾ ਦਿਖਾਊਂਗਾ ਨਾਲੇ ਅਤੇ ਬਾਕੀ ਖੀਰ ਗੰਗਾ ਟਰੈਕ ਤੁਸੀਂ ਕਰ ਸਕਦੇ ਹੋ ਜਿਹੜਾ ਕਿ ਅਸੀਂ ਵੀ ਕਰਾਂਗੇ ਅਤੇ ਬਟ ਇਹ ਹੈ ਕਿ ਮੈਂ ਪਹਿਲਾਂ ਵੀ ਕੀਤਾ ਹੋਇਆ ਤੁਸੀਂ ਪਹਿਲਾਂ ਮੇਰੇ ਵਲੌਗ ਦੇਖ ਸਕਦੇ ਹੋ ਪੂਰੀ ਇਨਫੋਰਮੇਸ਼ਨ ਦਿੱਤੀ ਹੋਈ ਆ ਉਹਦੇ ਵਿੱਚ ਅਤੇ ਫਿਰ ਵੀ ਅੱਜ ਵੀ ਮੈਂ ਦੱਸੂਗਾ ਵੀ ਕਿਵੇਂ ਕਿਵੇਂ ਆ ਅਤੇ ਉੱਥੇ ਇੱਕ ਚਸ਼ਮਾ ਆ ਗਰਮ ਪਾਣੀ ਦਾ ਜਿਹੜਾ ਕਿ ਮੇਨ ਖੀਰ ਗੰਗਾ ਜਿਹਦੇ ਕਰਕੇ ਹੈਗਾ ਉੱਥੇ ਕਾਫੀ ਫਨ ਹੁੰਦਾ ਆ ਅਤੇ ਪਾਰਟੀ ਵਗੈਰਾ ਵੀ ਹੁੰਦੀਆਂ ਨੇ ਪਰ ਅੱਗੇ ਵਾਲਾ ਨਹੀਂ ਰਿਹਾ ਜਿਵੇਂ ਅੱਗੇ ਹੁੰਦਾ ਸੀਗਾ ਅਤੇ ਜ਼ਿਆਦਾ ਟਾਈਮ ਨਹੀਂ ਲੱਗਦਾ ਡੇਢ ਕੁ ਘੰਟਾ ਲੱਗਦਾ ਹੈ ਘੰਟਾ ਜਿਵੇਂ ਪਹਿਲਾਂ ਦੱਸਿਆ ਕਿ ਉੱਧਰ ਤੋਂ ਕੁੱਲੂ ਭੌਂਤਰ ਤੋਂ ਅਤੇ ਬਾਕੀ ਟ੍ਰੈਫਿਕ ਵੀ ਨਹੀਂ ਹੁੰਦਾ ਇੰਨਾ ਬਟ ਥੋੜ੍ਹਾ ਜਿਹਾ ਹੁੰਦਾ ਆ ਮਤਲਬ ਸਵੇਰ ਦੇ ਸ਼ਾਮ ਅਤੇ ਸ਼ਾਮ ਦੇ ਟਾਈਮ ਅਤੇ ਬਾਕੀ ਇੰਜੋਏ ਕਰਦੇ ਆ ਜਾਓ ਵਿਊ ਤੁਸੀਂ ਦੇਖ ਹੀ ਰਹੇ ਹੋ ਨਾਲ ਨਾਲ ਕਿੱਡੇ ਵਧੀਆ ਨੇ ਕਿਉਂ ਸ਼ਾਹ ਜੀ ਵੈਸੇ ਤਾਂ ਅਸੀਂ ਕਸੌਲ ਪਹੁੰਚ ਚੱਲੇ ਹਾਂ ਮਤਲਬ 5 ਕੁ ਮਿੰਟ 10 ਲੱਗਣਗੇ ਹੋਰ ਇੱਕ ਮੈਨੂੰ ਮੈਮਰੀ ਯਾਦ ਆਈ ਆ ਲਾਸਟ ਟਾਈਮ ਜਦੋਂ ਅਸੀਂ ਆਏ ਸੀ ਖੀਰ ਗੰਗਾ ਟਰੈਕ ਕਰਨ ਅਰਪਣ ਕੇਪੀ ਮੈਂ ਗੁਰਸੰਗੀਤ ਅਤੇ ਇੱਕ ਜਣਾ ਸ਼ਾਇਦ ਹੋਰ ਸੀ ਸਾਡੇ ਨਾਲ ਮੈਨੂੰ ਯਾਦ ਨਹੀਂ ਆ ਰਿਹਾ ਅਤੇ ਸ਼ਾਇਦ ਲਵਾਉਣਾ ਸੀਗਾ ਅਤੇ ਆਹ ਹੋਟਲ ਲਿਆ ਸੀ ਰਹਿਣ ਵਾਸਤੇ ਸਿਰਫ ਅਤੇ ਸਿਰਫ ਅਸੀਂ ਲਿਆ ਸੀਗਾ 153 ਰੁਪਈਆਂ 'ਚ ਸ਼ਾਇਦ ਮੈਨੂੰ ਪ੍ਰੋਪਰ ਨਹੀਂ ਯਾਦ ਪਰ ਇੰਨੇ ਕੁ 'ਚ ਲਿਆ ਸੀਗਾ ਅਤੇ ਬੜਾ ਹੀ ਸ਼ੁਕਰ ਹੋਇਆ ਅਸੀਂ ਔਨਲਾਈਨ ਲਿਆ ਸੀਗਾ ਅਤੇ ਉਹਨਾਂ ਨੂੰ ਗਲਤੀ ਲੱਗ ਗਈ ਕੋਈ ਅਤੇ ਉਹ ਥੋੜ੍ਹੇ ਸਸਤੇ ਪੈ ਹਾਂਜੀ ਬੁੱਕ ਹੋ ਗਿਆ ਸੀ ਉਦੋਂ ਅਸੀਂ ਟਰੈਕ ਕਰਨ ਆਏ ਸੀਗੇ ਅਤੇ ਰਾਤ 2-3 ਵਜੇ ਪਹੁੰਚੇ ਸੀਗੇ ਸ਼ਾਮੀ ਚੱਲੇ ਸੀ ਅੰਮ੍ਰਿਤਸਰੋਂ ਅਤੇ ਬਹੁਤ ਵਧੀਆ ਐਕਸਪੀਰੀਅੰਸ ਸੀ ਉਹ ਵੀ ਤੁਸੀਂ ਉਹ ਵੀ ਵਲੌਗ ਦੇਖ ਸਕਦੇ ਹੋ ਮੇਰਾ ਖੋਲ੍ਹ ਕੇ ਖੀਰ ਗੰਗਾ ਵਾਲਾ ਟਰੈਕ ਵਾਲਾ ਕਸੌਲ ਮਤਲਬ ਪਾਰਟੀਜ਼ ਲਈ ਫੇਮਸ ਆ ਬਹੁਤ ਜ਼ਿਆਦਾ ਵਾਲਾ ਪਰ ਹੁਣ ਅੱਗੇ ਇੰਨਾ ਫੇਮਸ ਨਹੀਂ ਰਿਹਾ ਥੋੜ੍ਹੀ ਸਖਤਾਈ ਕਰਤੀ ਇਹਨਾਂ ਨੇ ਇੱਥੇ ਇਸ ਕਰਕੇ ਹੁਣ ਆਉਣੇ ਘੱਟ ਗਏ ਇੱਥੇ ਲੋਕ ਨਹੀਂ ਤਾਂ ਇੱਥੇ ਮੋਸਟਲੀ ਬਹੁਤ ਜ਼ਿਆਦਾ ਕਰਾਊਡ ਮਿਲ ਵੇਖਣ ਨੂੰ ਮਿਲਦਾ ਵੀਕੈਂਡਸ 'ਤੇ ਸਪੈਸ਼ਲੀ ਅਤੇ ਬਟ ਅੱਜ ਸੋਮਵਾਰ ਆ ਫਿਰ ਵੀ ਅਤੇ ਦੇਖਦੇ ਹਾਂ ਕਿੰਨਾ ਕੁ ਮਿਲਦਾ ਬਾਕੀ ਵਧੀਆ ਮਜ਼ਾਰ ਆ ਛੋਟਾ ਹੈ ਮਨਾਲੀ ਵਾਂਗੂ ਵੱਡਾ ਤਾਂ ਨਹੀਂ ਹੈਗਾ ਬਟ ਇੱਥੇ ਟੂਰਿਸਟ ਵੀ ਤੁਹਾਨੂੰ ਮਿਲ ਜਾਣਗੇ ਹਰੇਕ ਕੰਟਰੀ ਦੇ ਵਰਲਡ ਮਤਲਬ ਵਰਲਡ 'ਚ ਫੇਮਸ ਆ ਮਤਲਬ ਕਸੌਲ ਹਰੇਕ ਨੂੰ ਪਤਾ ਆ ਤੁਹਾਨੂੰ ਦਿਖਾਉਣਾ ਮੈਂ ਟੈਂਟਾਂ ਦੀ ਜਿਹੜੀ ਗੱਲ ਕਰਦਾ ਸੀਗਾ ਦੇਖੋ ਰਿਵਰ ਸਾਈਡ 'ਤੇ ਇੱਦਾਂ ਦੇ ਕੈਂਪਿੰਗ ਵਗੈਰਾ ਪ੍ਰੋਗਰਾਮ 'ਚ ਥੋੜ੍ਹਾ ਜਿਹਾ ਚੇਂਜ ਹੋਣਾ ਕਿ ਅਸੀਂ ਮਨੀਕਰਨ ਸਾਹਿਬ ਰੁਕ ਰਹੇ ਹਾਂ ਕਿਉਂਕਿ ਟਾਈਮ 5 ਵੱਜ ਗਏ ਇੱਥੋਂ ਅਗਲੇ ਬੰਨੇ 1 ਘੰਟਾ ਹੋਰ ਲੱਗਣਾ ਆ ਮਨੀਕਰਨ ਸਾਹਿਬ ਤੋਂ ਖੀਰ ਗੰਗਾ ਟਰੈਕ ਸਟਾਰਟ ਹੋਣ ਤੱਕ ਅਤੇ ਅਸੀਂ ਲੇਟ ਹੋ ਜਾਵਾਂਗੇ ਉੱਥੇ ਪਹੁੰਚਦੇ ਅਤੇ ਫਿਰ ਉਹਨੇ ਡਿਸਾਈਡ ਕੀਤਾ ਹੈ ਕਿ ਅਸੀਂ ਰੂਮ ਲੈਂਦੇ ਹਾਂ ਉੱਥੇ ਗੁਰਦੁਆਰੇ ਹੀ ਅਤੇ ਦੈਨ ਅਸੀਂ ਥੋੜ੍ਹੀ ਰੈਸਟ ਕਰਦੇ ਹਾਂ ਅਤੇ ਨਾਲੇ ਮੱਥਾ ਟੇਕਦੇ ਹਾਂ ਦੈਨ ਅਸੀਂ ਫਿਰ ਵਾਪਸ ਕਸੌਲ ਆਣ ਕੇ ਥੋੜ੍ਹਾ ਘੁੰਮਾਂਗੇ ਅਤੇ ਫਿਰ ਅਸੀਂ ਸਵੇਰੇ ਸਵੇਰੇ ਟਰੈਕ ਸਟਾਰਟ ਕਰਾਂਗੇ ਅਤੇ ਸ਼ਾਮ ਨੂੰ ਵਾਪਸ ਆ ਜਾਵਾਂਗੇ ਬਾਕੀ ਤੁਹਾਨੂੰ ਨਾਲ ਨਾਲ ਮੈਂ ਇਨਫੋਰਮੇਸ਼ਨ ਦਿੰਦਾ ਰਹੂੰਗਾ ਬਾਕੀ ਹੁਣ ਅਸੀਂ ਕਸੌਲ ਜਾ ਰਹੇ ਹਾਂ ਅਤੇ ਬਾਜ਼ਾਰ ਦਿਖਾਉਣਾ ਥੋੜ੍ਹਾ ਜਿਹਾ ਕੁਛ ਹੋਰ ਉੱਥੇ ਦੇਖਣ ਨੂੰ ਮਿਲਿਆ ਤੁਹਾਨੂੰ ਉਹ ਦਿਖਾਊਂਗਾ
ਤੇ ਅੱਜ ਉਹ ਕਸੌਲ ਘੁੰਮਦੇ ਆ। ਕਸੌਲ ਜਿਹੜਾ ਟਾਊਨ ਆ ਛੋਟਾ ਜਿਹਾ, ਬਾਕੀ ਇੱਕ ਪਿੰਡ ਜਿਹੜਾ ਫੇਮਸ ਆ ਉੱਥੇ ਸ਼ਾਇਦ ਨਹੀਂ ਜਾ ਸਕੂੰਗਾ ਕਿਉਂਕਿ ਟਾਈਮ ਘੱਟ ਆ, ਫਿਰ ਕਦੇ ਦਿਖਾਊਂਗਾ ਪਾਪਾ। ਚੰਡਿਆ ਕਿੰਨੀ ਤੇਰੇ ਵਾਲੀ? ਸਾਢੇ ਤਿੰਨ ਸੌ ਮੀਟਰ। ਤੇਰੇ ਵਾਲੀ ਕਿੰਨੀ ਦੀ ਆ? ਢਾਈ ਸੌ ਰੁਪਏ ਮੰਗਣ ਡਿਆ। ਫਿਰ ਵਧੀਆ ਵੈ, ਠੀਕ ਆ, ਆ ਵੀ ਚੰਗੀ ਹੈ ਜੰਟ ਵੈ। ਹਾਂਜੀ ਵੀ ਦੋਸਤੋ, ਇਹ ਸੀਗਾ ਅੱਜ ਦਾ ਦਿਨ, ਅਤੇ ਕਿਵੇਂ ਦਾ ਲੱਗਿਆ ਵਲੋਗ ਕਮੈਂਟ ਕਰਕੇ ਜ਼ਰੂਰ ਦੱਸਿਓ, ਅਤੇ ਜੇ ਕਿਸੇ ਨੂੰ ਕੋਈ ਇਨਫੋਰਮੇਸ਼ਨ ਚਾਹੀਦੀ ਹੋਵੇ ਤੁਸੀਂ ਮੈਨੂੰ ਇੰਸਟਾਗ੍ਰਾਮ 'ਤੇ ਮੈਸੇਜ ਕਰ ਸਕਦੇ ਹੋ। ਮੇਰਾ ਇੰਸਟਾਗ੍ਰਾਮ ਅਕਾਊਂਟ ਹੈ ਦਿਆ ਅੰਡਰਸਕੋਰ ਕਰਨ ਦੇ ਨਾਮ ਦੇ ਉੱਤੇ, ਅਤੇ ਤੁਸੀਂ ਚੈਨਲ ਸਬਸਕ੍ਰਾਈਬ ਕਰਨਾ ਵੀ ਨਾ ਭੁੱਲਿਓ, ਅਤੇ ਬੈੱਲ ਬਟਨ ਵੀ ਪ੍ਰੈੱਸ ਕਰਿਓ ਕਿਉਂਕਿ ਤੁਹਾਨੂੰ ਨਵੇਂ ਨਵੇਂ ਵੀਡੀਓਜ਼ ਦੀ ਇਨਫੋਰਮੇਸ਼ਨ ਮਿਲਦੀ ਰਹੂਗੀ ਇੱਦਾਂ ਹੀ। ਅਤੇ ਮਿਲਦੇ ਹਾਂ ਕੱਲ੍ਹ ਨੂੰ। ਵੈਸੇ ਕੱਲ੍ਹ ਦਾ ਸਾਡਾ ਪਲੈਨ ਆ ਕਿ ਖੀਰ ਗੰਗਾ ਜਾਣ ਦਾ, ਅਤੇ ਅੱਜ ਅਸੀਂ ਗਏ ਨਹੀਂ, ਮੈਂ ਦੱਸਿਆ, ਅਤੇ ਫਿਰ ਆਪਾਂ ਖੀਰ ਗੰਗਾ ਵੀ ਤੁਹਾਨੂੰ ਦਿਖਾਊਂਗਾ। ਵੈਸੇ ਪਹਿਲਾਂ ਮੈਂ ਟਰੈਕ ਕੀਤਾ ਹੋਇਆ, ਤੁਹਾਨੂੰ ਉਹਦੀ ਇਨਫੋਰਮੇਸ਼ਨ ਵੀ ਮਿਲ ਜੂਗੀ, ਅਤੇ ਮਿਲਦੇ ਹਾਂ ਹੁਣ ਕੱਲ੍ਹ ਨੂੰ। ਬਾਏ।